ਕਹਿੰਦੇ ਨੇ ਜ਼ਿੰਦਗੀ ਵਿੱਚ ਉਹਨਾਂ ਦੇ ਸੁਪਨੇ ਹੀ ਪੂਰੇ ਹੁੰਦੇ ਨੇ ਜੋ ਇਸ ਨੂੰ ਪੂਰਾ ਕਰਨ ਦੀ ਹਿੰਮਤ ਰੱਖਦੇ ਨੇ। ਕਈ ਵਾਰ ਜ਼ਿੰਦਗੀ ਸਾਨੂੰ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਵਿਸ਼ਵਾਸ ਤੇ ਹਿੰਮਤ ਜਵਾਬ ਦੇ ਦਿੰਦੇ ਨੇ। ਪਰ ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ਦੇ ਮਨਦੀਪ ਸਿੰਘ ਨੇ ਆਪਣੀ ਮਿਹਨਤ ਨਾਲ ਉਹ ਮੁਕਾਮ ਹਾਸਲ ਕੀਤਾ ਜੋ ਕਿ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਲੋਕਾਂ ਲਈ ਮਿਸਾਲ ਸਾਬਿਤ ਹੋ ਰਿਹਾ। ਇੱਕ ਹੱਥ ਤੋਂ ਅਪਾਹਜ ਮਨਦੀਪ ਦੀ ਫਿਜ਼ੀਕਲ ਡਿਸੇਬਿਲਿਟੀ ਕ੍ਰਿਕਟ ਵਰਲਡ ਕੱਪ ਸੀਰੀਜ਼ 'ਚ ਸਿਲੈਕਸ਼ਨ ਹੋਈ ਹੈ। ਬਚਪਨ 'ਚ ਉਸਦਾ ਇੱਕ ਹੱਥ ਘਰ ਵਿੱਚ ਲੱਗੇ ਪਸ਼ੂਆਂ ਲਈ ਚਾਰੇ ਦੇ ਟੋਕੇ ਵਿੱਚ ਕੱਟਿਆ ਗਿਆ ਸੀ, ਪਰ ਮਨਦੀਪ ਨਿਰਾਸ਼ ਨਹੀਂ ਹੋਇਆ ਤੇ ਆਪਣੇ ਕ੍ਰਿਕਟ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਸਨੇ ਜੀ ਜਾਨ ਇੱਕ ਕਰ ਦਿੱਤੀ। ਪਹਿਲਾਂ ਚੰਗੀ ਬੈਟਿੰਗ ਕਰਨ ਵਾਲਾ ਮਨਦੀਪ ਹੁਣ ਇੱਕ ਹੱਥ ਨਾਲ ਫਾਸਟ ਬੋਲਰ ਬਣ ਕੇ ਇੰਡੀਅਨ ਕ੍ਰਿਕਟ ਟੀਮ ਵੱਲੋਂ ਇੰਗਲੈਂਡ 'ਚ 3 ਅਗਸਤ ਨੂੰ ਸ਼ੁਰੂ ਹੋਣ ਜਾ ਰਹੀ 6 ਦੇਸ਼ਾਂ ਦੀ T20 ਵਰਲਡ ਸੀਰੀਜ਼ 'ਚ ਚੁਣਿਆ ਗਿਆ, ਜਿਸ ਨੂੰ ਲੈ ਕੇ ਮਨਦੀਪ ਦੇ ਪਿੰਡ ਤੇ ਪਰਿਵਾਰ ਵਾਲੇ ਬੜੇ ਖੁਸ਼ ਨੇ। ਮੈਂ ਕ੍ਰਿਕਟ ਖੇਡਣੀ ਬਚਪਨ ਤੋਂ ਸਟਾਰਟ ਕੀਤੀ ਆਪਦੇ ਸਕੂਲ ਟਾਈਮ, ਐਂਡ ਸਕੂਲ ਵੱਲੋਂ ਮੈਂ U19 'ਚ ਤਹਿਸੀਲ ਜੌਨ ਐਂਡ ਡਿਸਟ੍ਰਿਕਟ ਲਈ ਕੈਂਪ ਵੀ ਲਾਇਆ ਸੀ। ਸਟੇਟ ਦਾ ਕੈਂਪ ਲੱਗਿਆ ਸੀਗਾ ਤਾਂ ਜਿਸ ਦਿਨ ਕੈਂਪ ਦਾ ਫਸਟ ਡੇ ਸੀਗਾ ਉਸ ਦਿਨ ਮੇਰੇ ਇਹ ਮਤਲਬ ਜੋ ਐਕਸੀਡੈਂਟ ਹੋਇਆ ਸੀਗਾ ਪੱਠੇ ਕੁੱਟਣ ਮਸ਼ੀਨ 'ਚ ਹੱਥ ਆ ਗਿਆ ਸੀਗਾ। ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਮੈਂ ਆਪਦੇ ਆਪ ਨੂੰ ਬੈਕਅਪ ਕੀਤਾ ਐਂਡ ਫਿਰ ਮੈਂ ਦੁਬਾਰਾ ਫਿਰ ਗਰਾਊਂਡ 'ਚ ਉਤਰਿਆ, ਦੁਬਾਰਾ ਫਿਰ ਕ੍ਰਿਕਟ ਸਟਾਰਟ ਕੀਤੀ। ਸੱਟ ਤੋਂ ਪਹਿਲਾਂ ਮੈਂ ਬੈਟਸਮੈਨ ਐਂਡ ਕੀਪਰ ਸੀ ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਇੱਕ ਬੋਲਰ 'ਚ ਕਨਵਰਟ ਕੀਤਾ। ਐਂਡ ਇਸ ਟਾਈਮ ਮੈਨੂੰ ਸ਼ਾਇਦ ਇੱਕ ਸੁਪਨਾ ਸੀਗਾ ਪਹਿਲਾਂ ਵੀ ਇੰਡੀਆ ਕ੍ਰਿਕਟ ਖੇਡਣ ਦਾ, ਉਹ ਸ਼ਾਇਦ ਉੱਦਾਂ ਨਹੀਂ ਪੂਰਾ ਹੋ ਸਕਦਾ ਸੀਗਾ, ਬਟ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਡੀਆ ਫਿਜ਼ੀਕਲ ਟੀਮ ਦੇ ਵਿੱਚ ਸਿਲੈਕਟ ਹੋ ਚੁੱਕਿਆ ਵਰਲਡ ਕੱਪ ਲਈ ਜੋ ਇੰਗਲੈਂਡ 'ਚ 3 ਅਗਸਤ ਤੋਂ ਸਟਾਰਟ ਆ। ਬਹੁਤ ਖੁਸ਼ੀ ਹੋਈ, ਮਾਣ ਵਾਲੀ ਗੱਲ, ਇੱਕ ਸੁਪਨਾ ਸੀ ਜੋ ਪੂਰਾ ਇਸ ਤਰ੍ਹਾਂ ਹੋ ਗਿਆ, ਵਾਹਿਗੁਰੂ ਜੀ ਨੇ ਸੁਪਨਾ ਪੂਰਾ ਕੀਤਾ। ਥੈਂਕ ਯੂ ਸੋ ਮਚ। ਬਹੁਤ ਵਧੀਆ ਬੈਟਿੰਗ ਕਰਦਾ ਸੀ, ਜਦੋਂ ਉਹਦਾ ਟੋਕੇ 'ਚ ਹੱਥ ਆ ਗਿਆ ਸਾਨੂੰ ਬਹੁਤ ਨਿਰਾਸ਼ਗੀ ਹੋਈ ਵੀ ਸਾਡਾ ਬੇਟਾ ਖੇਡਦਾ, ਇਹਦਾ ਹੱਥ ਕੱਟਿਆ ਗਿਆ। ਬੇਟਾ ਵੀ ਇਹ ਕਹਿੰਦਾ ਜੀ ਡੈਡੀ ਮੇਰਾ ਹੱਥ ਕੱਢਿਆ ਗਿਆ, ਮੇਰੀ ਗੇਮ ਗਈ। ਉਸ ਤੋਂ ਬਾਅਦ ਉਹਨੇ ਮਤਲਬ ਕਿ ਹਿੰਮਤ ਨਹੀਂ ਹਾਰੀ, ਉਸ ਦੇ ਬਾਵਜੂਦ ਫਿਰ ਉਸਨੇ ਸਾਡਾ ਸਪੋਰਟਸ ਕਲੱਬ ਪਿੰਡ ਆਜ਼ਮਵਾਲਾ ਦਾ ਕੋਚ ਜਗਸੀਰ ਸਿੰਘ ਸਾਡਾ ਬ੍ਰਦਰ, ਉਸਨੇ ਉਹਨੂੰ ਬੋਲਿੰਗ 'ਤੇ ਲਾਇਆ ਵੀ ਬੇਟਾ ਤੂੰ ਆਪਦੀ ਬੋਲਿੰਗ ਕਰਨੀ ਸ਼ੁਰੂ ਕਰ। ਉਸਨੇ ਉਸਦੀ ਇੰਨੀ ਫਾਸਟ ਬੋਲਿੰਗ ਕਰਾਤੀ ਵੀ ਬਹੁਤ ਹੱਦ ਤੋਂ ਜ਼ਿਆਦਾ ਫਾਸਟ ਬੋਲਿੰਗ ਕਰਨ ਲੱਗ ਗਿਆ। ਉਹ 6 ਦੇਸ਼ਾਂ ਦੀ ਸੀਰੀਜ਼ 20-20 ਖੇਡਣ ਜਾ ਰਿਹਾ ਜੀ ਇੰਗਲੈਂਡ। ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਬੇਟੇ 'ਤੇ ਵੀ ਬੇਟੇ ਨੇ ਸਾਡਾ ਬਹੁਤ ਮਾਣ ਸਾਨੂੰ ਮਹਿਸੂਸ ਹੋਇਆ ਵੀ ਬੇਟੇ ਨੇ ਸਾਡਾ ਨਾਂ ਰੋਸ਼ਨ ਕੀਤਾ, ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ, ਸਪੋਰਟਸ ਕਲੱਬ ਆਜ਼ਮਵਾਲੇ ਦਾ ਨਾਮ ਰੋਸ਼ਨ ਕੀਤਾ। ਇਸ ਆਜ਼ਮਵਾਲੇ ਦੇ ਵਿੱਚ ਗਰਾਊਂਡ ਦੇ ਵਿੱਚ ਖੇਡ ਕੇ ਉਹ ਬਹੁਤ ਬੁਲੰਦੀਆਂ ਨੂੰ ਛੂ ਗਿਆ, ਸਾਨੂੰ ਇਸ 'ਤੇ ਬਹੁਤ ਮਾਣ ਮਹਿਸੂਸ ਆ। ਵੀਰ ਜੀ 13 ਸਾਲਾਂ ਦਾ ਸੀਗਾ ਜੀ, ਉਹਦੇ ਵੀ ਫਾਜ਼ਿਲਕਾ ਮੈਚ ਸੀ ਜੀ, ਇਹਨਾਂ ਦੇ ਗਰਾਊਂਡ ਨਹੀਂ ਮੇਰੇ ਯਾਦ, ਫਾਜ਼ਿਲਕਾ ਤੋਂ ਖੇਡ ਕੇ ਆਇਆ ਸੀ ਜੀ, ਆ ਕੇ ਸੌਂ ਗਿਆ ਬਸ, ਉੱਠਿਆ ਅਤੇ ਫਿਰ ਕਹਿੰਦਾ ਚੱਲ ਮੈਂ ਸੀਰੀ ਨਾਲ ਪੱਠੇ ਕਤਰਾਉਣਾ, ਅਸੀਂ ਸਾਰੇ ਘਰ ਸੀਗੇ ਜੀ। ਬਸ ਉਦੋਂ ਤੋਂ ਫਿਰ ਇੱਕ ਵਾਰੀ ਤਾਂ ਹੀ ਹੋ ਗਿਆ ਸੀਗਾ ਬਸ ਵੀ ਇਹ ਖੇਡ ਨਹੀਂ ਸਕੂਗਾ ਜੀ, ਫਿਰ ਵੀ ਇਹਨੇ ਹਿੰਮਤ ਨਹੀਂ ਹਾਰੀ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਵੀ ਜੋ ਵੀ ਜਿਵੇਂ ਸੱਟ ਵੱਜੀ ਜਾਂ ਕੁਛ ਵੀ, ਸੱਚੀ ਗੱਲ ਹੈ ਜੀ ਮਿਹਨਤ ਬਹੁਤ ਜ਼ਿਆਦਾ, ਕੋਈ ਗਰਮੀ ਕੋਈ ਧੁੱਪ ਕੋਈ ਛਾਂ, ਅਤੇ ਦਿਲ ਵੀ ਨਹੀਂ ਸਿੱਟਿਆ ਜੀ, ਸੱਚੀ ਵੀ ਨਹੀਂ ਸਿੱਟਿਆ ਜੀ, ਝੂਠ ਜਮਾਂ ਬਿਲਕੁਲ ਨਹੀਂ। ਸਾਨੂੰ ਕਹਿ ਦਿੰਦਾ ਸੀ ਕੋਈ ਗੱਲ ਨਹੀਂ, ਸਾਡੇ ਸਾਹਮਣੇ ਕਦੇ ਢਿੱਲੀ ਗੱਲ ਨਹੀਂ ਕੀਤੀ। ਇਸ ਵਾਰੀ ਤਾਂ ਕੁਛ ਵੀ ਨਹੀਂ ਸਾਡੇ ਤੋਂ ਮੰਗਿਆ ਜੀ, ਟਿਕਟ ਵੀ, ਪਰ ਅਸੀਂ ਆਪਦੇ ਆਪ ਥੋੜ੍ਹਾ ਬਹੁਤਾ ਵੀ ਚੱਲ ਇੱਧਰ ਗਿਆ ਇੱਧਰ ਵਾਸਤੇ ਅਸੀਂ ਦਿੱਤੇ ਘਰੋਂ ਜੀ, ਮਗਰ ਵੀ ਪਾਏ। ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ? ਹੁਣ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ, ਚਲੋ ਮਹਾਰਾਜ ਸਿਆਂ ਨੇ ਵੀ ਉਹਨੂੰ ਆਪਦੀ ਜ਼ਿੰਦਗੀ ਤੋਂ ਸੌਖ ਮਾਣੇ ਜੀ, ਪਿੰਡ ਦਾ ਨਾਂ ਰੋਸ਼ਨ ਕਰੇ, ਆਪਦੇ ਮਾਂ ਪਿਓ ਦਾ ਕਰੇ ਜੀ, ਬਹੁਤ ਖੁਸ਼ੀ ਹੁੰਦੀ ਹੈ ਜੀ। ਉੱਥੇ ਮਨਦੀਪ ਦੇ ਕੋਚ ਜਗਸੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਨਦੀਪ 'ਤੇ ਕਾਫੀ ਮਾਣ ਹੈ।
ਉਹ 1907 ਦੇ ਵਿੱਚ ਟੀਮ 'ਚ ਆਇਆ ਅਤੇ ਬੋਲਰ ਹੈ, ਚੰਗਾ ਬੋਲਰ ਹੈਗਾ ਸੀਗਾ। ਉਸ ਬੇਸ 'ਤੇ ਹੁਣ ਉਹ ਇੰਡੀਆ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ, ਜਿਹੜੀ ਕਿ ਵਰਲਡ ਸੀਰੀਜ਼ ਹੋ ਰਹੀ ਇੰਗਲੈਂਡ ਦੇ ਵਿੱਚ, 6 ਦੇਸ਼ਾਂ ਦੀ ਹੈ ਅਤੇ 3 ਅਗਸਤ ਤੋਂ ਸਟਾਰਟ ਹੈ। ਉਹਦੇ ਵਿੱਚ ਸਿਲੈਕਟ ਹੋ ਗਿਆ ਉਹ, ਅਤੇ ਇਸ ਗੱਲ ਦਾ ਸਾਨੂੰ ਬੜਾ ਮਾਣ ਮਹਿਸੂਸ ਹੈ ਕਿ ਸਾਡੇ ਪਿੰਡ ਦਾ ਮੁੰਡਾ ਮਨਦੀਪ ਜੋ ਕਿ ਇੰਡੀਆ ਦੀ ਟੀਮ ਵਿੱਚ ਸਿਲੈਕਟ ਹੋਇਆ, ਅਤੇ ਬੜੇ ਫਖਰ ਦੀ ਗੱਲ ਹੈ ਸਾਡੇ ਪਿੰਡ ਵਾਸਤੇ ਅਤੇ ਸਾਡੇ ਜ਼ਿਲ੍ਹੇ ਵਾਸਤੇ। ਵਾਕਈ ਕਿਸੇ ਨੇ ਸੱਚ ਕਿਹਾ ਕਿ ਜੇਕਰ ਮਨ ਵਿੱਚ ਕੁਝ ਕਰਨ ਦੀ ਚਾਹ ਹੋਵੇ ਤਾਂ ਇਨਸਾਨ ਹਰ ਮੈਦਾਨ ਫਤਿਹ ਕਰ ਹੀ ਲੈਂਦਾ ਹੈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 9563 9563।